ਕਿਸਾਨ ਵੀਰੋ ਆਹ ਐਚ ਐਮ ਟੀ 69 ਗ੍ਰਾਮ ਵਿਕਾਊ ਆ, ਇਹ 1995 ਮਾਡਲ ਆ, ਐਚ ਐਮ ਟੀ 69 ਗ੍ਰਾਮ ਵਿਕਾਊ 1995 ਮਾਡਲ ਆ, ਘੋੜਾ ਬੰਪਰ ਲੱਗਿਆ, ਵੇਟ ਵੂਟ ਟ੍ਰੈਕਟਰ ਦੇ ਲੱਗੇ ਹੋਏ ਸਾਈਡਾਂ 'ਤੇ, ਚੈੱਕ ਕਰੋ ਪਹਿਲਾਂ ਵੇਟ ਲੱਗਿਆ, ਘੋੜਾ ਬੰਪਰ ਲੱਗਿਆ ਨਵਾਂ, ਨਵਾਂ ਹੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ, ਮੂਹਰਲੇ ਟਾਇਰ ਨਵੇਂ ਆ, ਮਗਰਲੇ ਵੀ ਨਵੇਂ ਹੀ ਆ। ਅਤੇ ਬਾਈ ਬਾਕੀ ਬਾਗਾਂ ਤੁਸੀਂ ਗੱਲ ਕਰ ਸਕਦੇ ਹਾਂ, ਸਕਰੀਨ ਉੱਪਰ ਨੰਬਰ ਚੱਲ ਰਿਹਾ ਵੀ ਕਿੰਨੇ ਟਾਇਰ ਪਏ ਆ, ਮੂਹਰਲੇ ਆਪਾਂ ਨਵੇਂ ਲੱਗ ਰਹੇ ਆ, ਮਗਰਲਿਆਂ ਦਾ ਕੋਈ ਅੰਦਾਜ਼ਾ ਹੈ, ਚੈੱਕ ਕਰ ਲਓ, ਫੋਟੋ ਆਊਗੀ ਹੁਣ। ਆਹ ਚੈੱਕ ਕਰੋ, ਮਗਰਲੇ ਟਾਇਰ ਤੁਹਾਡੇ ਸਾਹਮਣੇ ਆ, ਅੱਧ ਤੋਂ ਜ਼ਿਆਦਾ ਹੀ ਪਏ ਲੱਗਦੇ ਆ। ਅਤੇ ਟਰੈਕਟਰ ਜਮ੍ਹਾਂ ਕੋਕਾ ਪੀਸ ਆ, ਜਮ੍ਹਾਂ ਰੀਜਨਲ ਰੰਗ ਪੇੜ ਦਾ 95 ਮਾਡਲ ਆ, ਅਤੇ ਕਦੋਂ ਗਲਿਆ ਫਲਿਆ ਨਹੀਂ, ਜਮ੍ਹਾਂ ਰੀਜਨਲ ਟਰੈਕਟਰ ਆ, ਸ਼ੋ ਸ਼ੂ ਘੋੜਾ ਬੰਪਰ ਲੱਗਿਆ, ਪੂਰਾ ਘੈਂਟ ਬਣਾਇਆ ਬਾਗਾਂ ਦਾ, ਪੂਰਾ ਐਂਡ ਲੱਗਦਾ ਘੋੜੇ ਬੰਪਰ ਨਾਲ, ਸਾਈਡ ਤੋਂ ਖੜਿਆ ਤੁਸੀਂ ਚੈੱਕ ਕਰ ਸਕਦੇ ਹੋ ਟਰੈਡ। ਅਤੇ ਵੈਸੇ ਵੀ ਆਪਣਾ 69 ਗ੍ਰਾਮ ਛੋਟੇ ਹੀ ਆ, ਅਤੇ ਛੋਟੇ ਹੀ ਰਹਿਣਗੇ। ਅਤੇ ਐੱਮ ਆਰ ਐੱਫ ਦੇ ਟਾਇਰ ਆ 16 ਦੇ, ਮਗਰਲੇ 16 ਦੇ ਟਾਇਰ ਆ, ਮੂਹਰਲੇ ਮਤਲਬ 10 ਦੇ ਟਾਇਰ ਆ, ਖਨੀ 9 ਦੇ ਹੁੰਦੇ 69 ਦੇ ਵੱਡੇ ਰਿਮਾਂ 'ਚ। ਅਤੇ ਟਰੈਕਟਰ ਬਹੁਤ ਘੈਂਟ ਆ, ਸਿਸਟਮ ਵੀ ਲੱਗਿਆ, ਛਤਰੀ ਵੀ ਨਵੀਂ ਆ, ਮਗਰਾੜ ਵੀ ਚੈੱਕ ਕਰ ਲਓ, ਕੱਪੜਾ ਕੁਪੜਾ ਛਤਰੀ 'ਤੇ ਨਵਾਂ ਲੱਗਿਆ, ਨਵੀਂ ਬੈਟਰੀ ਆ। ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ, ਮੂਹਰਲੇ ਐਵੇਂ ਲੱਗਦਾ 95-80 ਵੈਸੇ ਪਏ ਆ। ਟਰੈਕਟਰ ਪੂਰਾ ਘੈਂਟ ਆ, ਸਕਰੀਨ ਉੱਪਰ ਨੰਬਰ ਚੱਲ ਰਿਹਾ, ਬਾਗਾਂ ਨੂੰ ਲਾਓ ਫੋਨ ਅਤੇ ਕਰੋ ਗੱਲਬਾਤ ਅਤੇ ਖਰੀਦੋ ਟਰੈਕਟਰ, ਪੂਰਾ ਸਾਫ਼ ਆ। ਮਗਰੋਂ ਇਸ ਹਿਸਾਬ ਉਸ ਚੈੱਕ ਕਰੋ, ਕੋਈ ਆਵਾਜ਼ ਨਹੀਂ, ਗੇਅਰ ਗੂਰ ਇੰਜਨ ਦਾ ਜਮਾਓ ਕੇ। ਅਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ, ਵੀਡੀਓ ਵੇਖਣ ਲਈ ਧੰਨਵਾਦ।